ਤਮਾਮ ਸਾਮਾਈਨ ਨਾਜ਼ਰੀਨ, ਜਿਸਨੇ ਲੋਕ ਵੇਖਣੇ ਪੈਣ ਜਾਂ ਸੁਣਨੇ ਪੈਣ ਜਾਂ ਇੱਥੇ ਐਕਸ਼ਨ ਕਮੇਟੀ ਦੇ ਮੈਂਬਰਾਨ, ਸਾਫੀ ਬਰਾਦਰੀ, ਦੀਗਰ ਤਮਾਮ ਛੋਟੇ ਬੜੇ ਬਜ਼ੁਰਗ, ਸਾਰਿਆਂ ਅਸਲਾਮ ਵਾਲੇਕੁਮ। ਇਹ ਜਿਹੜੀ ਦੁਮੇਲ ਮੰਡੀ ਦੋ ਤਰੇ ਮਹੀਨਿਆਂ ਤੋਂ ਇਸਨੇ ਉੱਤੇ ਇੱਕ ਬੜੀ ਸ਼ਦੀਦ ਕਿਸਮ ਦੀ ਖੈਚਾਤਾਨੀ ਚੱਲਣੀ ਪਈ, ਜਿਹੜੀ ਤਾ ਹਾਲ ਵੀ ਚੱਲਣੀ ਪਈ, ਅੱਗੋਂ ਵੀ ਸ਼ਾਇਦ ਮਹੀਨਾ ਵੀ ਦਿਹਾੜੇ ਦਾ ਦਿਹਾੜੇ ਅਜੇ ਤੱਕ ਮੰਡੀ ਤੱਕ ਨਾ ਮੰਡੀ ਪੂਰਾ ਪ੍ਰੋਸੀਜਰ ਬਣਾ ਕੇ 9 ਕਰੋੜ ਰੁਪਏ 'ਚ ਠੇਕਾ ਹੋਇਆ, ਠੇਕਾ ਕੈਂਸਲ ਹੋ ਕੇ ਮੁੜ ਕੇ ਵਾਪਸ ਆਉਣੀ, ਜਿੰਝ ਹੋਣੇ ਟਾਈਮ ਲੱਗਾ ਇੰਝ ਕੈਂਸਲ ਹੋਣਾ ਵੀ ਥੋੜ੍ਹਾ ਜਿਹਾ ਟਾਈਮ ਲੱਗਸੀ। ਅੱਜ ਮਾਮਲਾਤ ਚੱਲ ਪੈਣ, ਥੋੜ੍ਹੇ ਥੋੜ੍ਹੇ ਸਾਰੇ ਦੋਸਤਾਂ ਨੇ ਤਫਜ਼ਾਤ ਹੋਣ, ਜਿਸ ਤਰ੍ਹਾਂ ਮੰਡੀ ਕੈਂਸਲ ਹੋ ਸੀ, ਸਰਦਾਰ ਸਾਹਿਬ ਆਖਣੇ ਪੈਣ ਭਾਈ ਮੈਂ ਅੱਲਾਂ ਗਵਾਹ ਬਣਾ ਕੇ ਭਰਪੂਰ ਜ਼ੋਰ ਲਾਇਆ ਵਿਆ, ਮੈਂ ਲਾਹੌਰ ਮੈਂ ਵੀ ਕੋਈ ਨਾ ਗਿਆ, ਕੱਲ੍ਹ ਪਰਸੋਂ ਅਸੀਂ ਲਾਹੌਰ ਆ, ਕੱਲ੍ਹ ਅੱਜ ਮੈਂ ਸਵੇਰੇ ਕੱਲ੍ਹ ਰਾਤੀ ਫੋਨ ਆਇਆ ਵੀ ਸਵੇਰੇ ਆਸੋ ਮੈਂ ਕਿ ਮੈਂ ਆਉਣ ਜੋਗ ਨਾ ਹੋਈ ਪਹਿਲੇ ਬੁਖਾਰ, ਅੱਡਾ ਇਤਮਾਹੀ ਮਫਾਦ ਹੈ ਸਰਦਾਰ ਸਾਹਿਬ, ਉਸ 'ਤੇ ਪੂਰਾ ਜ਼ੋਰ ਲਾਇਆ ਵਾ। ਮੰਡੀ ਕੈਂਸਲ ਹੋਣ ਤੋਂ ਬਾਅਦ ਸਰਦਾਰ ਸਾਹਿਬ ਨੇ ਜਿਹੜੇ ਬੱਚੇ ਨੇ, ਸਰਦਾਰ ਫੈਜ਼ਾਨ ਹੈਦਰ ਖਾਨ ਸਾਹਿਬ, ਉਹ ਜੁਮੇ ਵਾਲੇ ਦਿਹਾੜੇ ਮੰਡੀ ਉੱਤੇ ਖਲ ਕੇ ਐਲਾਨ ਕਰੇ ਸਨ ਕਿ ਇਹ ਜਿਹੜੀ ਦੁਮੇਲ ਮੰਡੀ ਦੁਮੇਲ ਹੀ ਲੱਗਸੀ। ਅੱਜ ਤੋਂ ਠੰਡੇ ਕਹਿ ਰਹੇ ਅਗਰ ਪ੍ਰੋਸੀਜਰ ਅੱਜ ਕੰਪਲੀਟ ਹੋ ਗਿਆ ਤਾਂ ਕੱਲ੍ਹ ਆਸਣ ਅਤੇ ਅੱਜ ਨਾ ਹੋਇਆ 5-10 ਦਿਨ ਲੱਗ ਗਿਆ, 20 ਲੱਗ ਗਏ, ਇੱਕ ਜ਼ਹਿਨੇ 'ਚ ਰੱਖਿਓ ਵੀ ਅਜੇ ਤੱਕ ਫਿਲਹਾਲ ਬੜਾ ਜ਼ੋਰ ਲੱਗ ਸੀ ਦੂਈ ਸਾਈਡ ਤੋਂ ਵੀ। ਮੈਂ ਇੱਕ ਤੜੇ ਐਕਸ਼ਨ ਕਮੇਟੀ 'ਚ ਕੋਈ ਗੱਲ ਕੀਤੀ ਠਾਕ ਪੜਨਾ ਕਿ ਜਿਸ ਵੇਲੇ ਉਹ ਟਾਈਮ ਹੈ ਉਹ ਲਾ ਲਓ ਰਿਪੈਕ ਨੇ ਨਾ ਭਾਈ, ਪੁਲਿਸ ਆਖਣੇ ਨੇ ਜੁਮਰਾਤੀ ਵਾਲੇ ਦਿਹਾੜੇ ਆਖਣੇ ਪੁਲਿਸ ਆ ਸੀ, ਮੈਂ ਮਲਵਾਲੀ ਗਿਆ 3-4 ਦਿਹਾੜੇ ਪਹਿਲੇ, ਅਤੇ ਮੈਂ ਤੜੇ ਐਕਸ਼ਨ ਕਮੇਟੀ 'ਚ ਗੱਲ ਹੋਈ ਸੀ ਲਾ ਲਓ ਰਿਜਨ ਹੁਣ ਮੈਂ ਨਾ ਫੋਨ 'ਤੇ ਗੱਲ ਕਰਾਈ, ਮੈਂ ਨਾ ਉੱਠ ਕੇ ਬਾਕੇ ਪੈ ਗਏ, ਮੈਂ ਲਾ ਲਓ ਰਾਂ ਭਾਈ ਕੰਮ ਕਰਨ ਵਾਲੇ ਨੇ ਗਾਲੀਆਂ ਹੀ ਹੋਰ ਹੋਣੀਆਂ ਨੇ। ਇਹ ਗੱਲ ਜ਼ਹਿਨੇ 'ਚ ਰੱਖਿਓ ਭਾਈ ਮੰਡੀ ਕੈਂਸਲ ਹੋਈ ਅਤੇ ਗਵਰਨਰ ਸਰਦਾਰ ਸਲੀਮ ਹੈਦਰ ਖਾਨ ਸਾਹਿਬ ਕਰਾਉਣੀ, ਇਸ ਤੋਂ ਇਲਾਵਾ ਕੋਈ ਬੰਦਾ ਮੰਡੀ ਕੈਂਸਲ ਕਰਾ ਹੀ ਨਹੀਂ ਅਗਨਾ, ਅਤੇ ਅੱਡ ਨਾਲ ਮੁਖਲਿਸ ਵੀ ਕੋਈ ਨਹੀਂ, ਮੈਂ ਭੈਣ ਦਿਹਾੜੇ 'ਤੇ ਲਾ ਲਈ ਜਿਹੜੀ ਗੱਲ ਹੈ ਇਸ ਗੱਲ ਲਈ ਤਾਇਦ ਕਰਨਾ ਮੈਂ ਵੀ ਇਹ ਮੌਕਫ ਹੈ। ਲਿਹਾਜ਼ਾ ਸਭ ਤੋਂ ਪਹਿਲੇ ਤੁਸੀਂ ਦੋਸਤ ਜਿਸ ਹੱਦ ਤੱਕ ਮੁਮਕਿਨ ਹੋਇਆ ਜਾਂ ਜਿਤਨਾ ਕੰਮ ਹੋ ਗਿਆ ਇਸ 'ਤੇ ਸਾਰੇ ਤੁਸੀਂ ਮੁਬਾਰਕਬਾਦ ਨੂੰ ਮੁਸਤਹਿਕ ਹੋ, ਸਾਰੇ ਦੋਸਤ ਜਿਹੜੇ ਐਕਸ਼ਨ ਕਮੇਟੀ ਵਾਲੇ ਸਾਰੇ ਇਕੱਠੇ ਹੋ ਕੇ ਉਹਨੇ ਇੱਕ ਆਵਾਜ਼ ਉਠਾਈ, ਪੂਰਾ ਇਲਾਕਾ ਨਿਕਲਾ ਕੇ ਅੱਡਣਾ ਜ਼ਿਆਦੀ ਯਾਰ 60-70 ਸਾਲ ਤੋਂ ਮੰਡੀ ਇੱਥੇ ਚੱਲਣੀ ਪਈ, ਇੱਥੋਂ ਹੁਣ ਦੁਬਾਰਾ ਵਾਪਸ ਉੱਧਰ ਖੜਨੇ ਦੀ ਕੋਸ਼ਿਸ਼ ਕੀਤੀ ਜਾ ਰਹੀ, ਕਿਆ ਮੈਂ ਉਸ ਤੜੇ ਗੱਲ ਕੀਤੀ ਵੀ ਯਾਰ ਖੁੰਡਿਆਂ ਲਈ ਨੇ ਸਾਰੇ ਆਕੋਨ ਭਾਈ ਮੰਡੀ ਵੀ ਉਹਨਾਂ ਉੱਥੇ ਕਰਨੀ, ਹੋਰ ਵੀ ਕੋਈ ਸ਼ਾਇਦ ਹੋਵੇ ਉੱਥੇ ਕਰਨੀ, MPA ਵੀ ਉਹਨਾਂ ਬਣਾਉਣਾ, ਭਾਵੇਂ ਵੋਟਾਂ ਨਾਲ ਬਣਾਉਣਾ ਅਤੇ ਭਾਵੇਂ ਧਿੱਕੇ ਨਾਲ ਬਣਾਉਣਾ, ਬਣਾਉਣਾ ਉਹਨਾਂ ਹੀ ਆਈ ਵੀ ਗੱਲ। ਅਮੂਮਨ ਮੈਂ ਤਾਂ ਦੱਸਣਾ ਹੁੰਦਾ ਬਈ ਮੈਂ ਹਰ ਜਾਈ ਆਖਦਾ ਹੁੰਦਾ ਔਰ ਮੈਂ ਇਸ ਗੱਲਾਂ 'ਤੇ ਬੜਾ ਕ੍ਰਿਟੀਸਾਈਜ਼ ਤਨਕੀਦ ਕੀਤੀ ਹੋਈ ਨਹੀਂ ਭਾਈ, ਲੀਡਰ ਵੀ ਅੱਡੇ ਟਾਲੀ ਅੱਡਾ ਕ੍ਰਾਸ ਕਰਕੇ ਜਾਂਦੇ ਨੇ, ਵੋਟਾਂ ਵੀ ਸਾਰੇ ਟਾਲੀ ਅੱਡਾ ਕ੍ਰਾਸ ਕਰਕੇ ਗਿਣੇ ਨੇ, ਇੱਕ ਅੱਡ ਕੋ ਮੰਡੀ ਲੱਗਣੀ ਪਈ ਉਹ ਵੀ ਇਹਨੇ ਛੇਕ ਕੇ ਕੋਸ਼ਿਸ਼ ਕੀਤੀ ਵੀ ਉੱਧਰ ਗਿਣਵਾ ਜਾ, ਪਹਿਲਾਂ ਹੀ ਜਿਹੜੀ ਅੱਡੇ ਇਲਾਕੇ ਨਾਲ ਹੋਈ ਗਈ ਹੁਣ ਤੱਕ ਹੋ ਨਹੀਂ ਰਹੀ ਇਹ ਜ਼ਿਆਦੀ ਵੇ। ਦੋਈ ਗੱਲ ਕਿ ਜਿਹੜੀ ਲਾਲੋ ਰਾ ਗੱਲ ਕੀਤੀ ਕਿ ਟਾਲੀ ਅੱਡਾ ਜਿਸ ਮੰਡੀ ਕੈਂਸਲ ਹੋਵੇ ਸੀ ਖੁੰਡਾ ਉੱਥੋਂ ਟਾਲੀ ਅੱਡੇ ਤੋਂ ਕੈਂਸਲ ਹੋਵੇ ਸੀ, ਬਾਅਦ ਇਨਸ਼ਾਲਾ ਖੁੰਡੇ ਜਿਹੜੀ ਟਾਲੀ ਅੱਡਾ ਮੰਡੀ ਉਸ ਰੋਕਣ ਦਾ ਵੀ ਕੋਈ ਹੱਲ ਕੱਢਸਾਂ, ਫਿਲਹਾਲ ਨਾ ਉਸ ਨਾਲ ਕੋਈ ਨੋਟੀਫਿਕੇਸ਼ਨ ਹੈ ਨਾ ਇਸ ਨਾਲ ਕੋਈ ਨੋਟੀਫਿਕੇਸ਼ਨ ਹੈ, ਜਿਸ ਕੈਂਸਲੇਸ਼ਨ ਹੋਵੇ ਸੀ ਇੱਥੇ ਟਿਕ ਹੋਵੇ ਸੀ, ਬਾਅਦ ਉਸ ਤੋਂ ਬਾਅਦ ਅਸੀਂ ਗੱਲ ਕਰਸਾਂ ਵੀ ਉਸ ਮੰਡੀ ਖਤਮ ਕੀਤਾ ਵਾ ਜੇ ਤੁਸੀਂ ਧਿਆਨ ਲਵਾਂਗੇ। ਦੂਜੇ ਤਮਾਮ ਦੋਸਤ ਜਿਹੜੇ ਤੁਸੀਂ ਇੱਥੇ ਮੌਜੂਦ ਹੋ ਸਾਰਿਆਂ ਅੱਗੇ ਗੁਜ਼ਾਰਿਸ਼ ਹੈ ਕਿ ਬਹੁਤ ਸਾਰੇ ਮਾਮਲਾਤ ਇਹੋ ਜਿਹੇ ਨੇ ਜਿਹੜੇ ਸਿਆਸਤ ਤੋਂ ਹਟ ਕੇ ਕੀਤੇ ਜਾਂਦੇ, ਉਹ ਕੋਈ ਵੀ ਇਲਾਕੇ ਦਾ ਮਸਲਾ ਹੋਵੇ, ਭਾਵੇਂ ਬਿਜਲੀ ਨਾ ਹੋਵੇ, ਪਾਣੀ ਨਾ ਹੋਵੇ, ਸਕੂਲ ਨਾ ਹੋਵੇ, ਕਾਲਜ ਨਾ ਹੋਵੇ, ਮੰਡੀ ਨਾ ਹੋਵੇ ਜਾਂ ਕੋਈ ਦੀਗਰ ਕੋਈ ਮਾਮਲਾ ਹੋਵੇ, ਉਸ 'ਤੇ ਜਿੰਝ ਤੁਸੀਂ ਇਸ ਵਾਰੀ ਇਕੱਠੇ ਹੋਏ ਹੋ ਦੁਮੇਲ ਮੰਡੀ 'ਤੇ ਪਤਾ ਲਗਾ ਇਸ ਇਲਾਕੇ ਨੇ ਕਿਸ਼ੂ ਗਏ, ਉੱਧਰ ਗੋਂਦਲ ਵਾਲੇ ਉਹਨਾਂ ਵੀ ਮੁਬਾਰਕਬਾਦ ਨੇ ਮਸਤੇ ਕੋਲ, ਕੱਲ੍ਹ ਉਹਨਾਂ ਨਾਲ ਬੰਦਾ ਵੀ ਮੌਜੂਦ ਹੈ, ਉਸਨੇ ਵੀ ਕੋਈ ਜ਼ਮੀਨ ਰੌਲਾ ਵਿੱਚ ਉਸ ਮੀਟਿੰਗ 'ਚ ਗੋਂਦਲ ਵਾਲੇ ਵੀ ਮੌਜੂਦ ਹੈ ਕੱਲ੍ਹ। ਮਾਮਲਾ ਹੀ ਵੇ ਭਾਈ ਜਿਤਨੇ ਲੋਕ ਤੁਸੀਂ ਇੱਥੇ ਮੌਜੂਦ ਹੋ ਤੁਸੀਂ ਸਾਰੇ ਲੋਕਾਂ ਬਿਹਤਰੀਨ ਡਟ ਕੇ ਰਹੇ ਹੋ, ਕੈਂਸਲ ਹੋਣ ਤੋਂ ਬਾਅਦ ਗਵਰਨਰ ਸਾਹਿਬ ਨੇ ਫਰਜ਼ਾਨ ਸਰਦਾਰ ਫੈਜ਼ਾਨ ਹੈਦਰ ਖਾਨ ਸਾਹਿਬ ਆਸੋਂ ਬਕਾਇਦਾ ਇੱਕ ਪ੍ਰੋਗਰਾਮ ਸੀ, ਉਸਨੇ ਵਿੱਚ ਉਹਨੇ ਐਲਾਨ ਕਰੇ ਸਨ ਭਾਈ ਜਿਹੜੀ ਖੁੰਡਾ ਮੰਡੀ ਉਹ ਕੈਂਸਲ ਹੋ ਗਈ ਅਤੇ ਦੁਮੇਲ ਮੰਡੀ
ਇੱਥੇ ਆ ਗਈ ਮੁੜ ਕੇ। ਇੱਕ ਪ੍ਰੋਸੀਜਰ ਹੈ, ਉਸ ਨੂੰ ਉੱਤੇ ਪੂਰੇ ਚਲਸਾਂ ਜਿਸ ਤਰ੍ਹਾਂ ਨਾਲ ਮੈਂ ਸਾਂ ਕਾ ਸਾਰੇ ਲੋਕ ਆਓ, ਆਪਣੇ ਮੌਸਲਾਂ ਦਾ ਸ਼ੁਕਰੀਆ ਅਦਾ ਕੀਤਾ ਮੇਰਾ ਜਿਹੜੇ ਨਾ ਹੋ ਕੇ ਟਾਈਮ 'ਤੇ ਕੱਲ੍ਹ। ਬਾਕੀ ਸਾਰੇ ਦੋਸਤ ਜਿਹੜੇ ਐਕਸ਼ਨ ਕਮੇਟੀ ਦੇ ਲੋਕ ਹੋ, ਤੁਸੀਂ ਲੋਕ ਹੋ, ਮੀਡੀਆ ਨੇ ਹਜ਼ਰਾਤ, ਆਫਿਸ ਸ਼ਫੀਕ ਸਾਹਿਬ ਹੋਣ, ਤਨਵੀਰ ਭਾਈ ਹੋਣ, ਜਿੰਨੇ ਵੀ ਦੋਸਤ ਹੋਣ, ਤੁਸੀਂ ਜਿਸ ਟਾਈਮ 'ਤੇ ਜ਼ਿਆਦਾ ਹੋਈ ਉੱਠ ਕੇ ਖੜ੍ਹੇ ਹੋ ਗਏ ਹੋ, ਤੁਸੀਂ ਸਾਰੇ ਲੋਕ ਇਸ ਗੱਲ ਨੇ ਇਸ ਗੱਲ 'ਤੇ ਮੁਬਾਰਕਬਾਦ ਦੇ ਮਸਤੇਕ ਹੋ ਕਿ ਤੁਸੀਂ ਹੱਕ ਮਾਰੇ ਆਵਾਜ਼ ਚਾਹੀ। ਜਿਸ ਬੰਦਾ ਉੱਠ ਕੇ ਖੜ੍ਹਾ ਹੋ ਵਜੇ, ਮੈਂ ਦੱਸਾਂ ਭਾਈ ਖਰਚਾ ਹੋਵੇ, ਪਰਚਾ ਹੋਵੇ, ਚਰਚਾ ਹੋਵੇ, ਤੱਕੋ ਨਹੀਂ ਦੇਖਣੇ ਪੈਣ, ਕੈਂਸਲ ਹੋ ਗਈ ਭਾਈ, ਨਾ ਕੈਂਸਲ ਹੋਵੇ ਤਾਂ ਅਸੀਂ ਮਰ ਗਏ, ਵੱਧ ਵੀ ਲੱਸਾਂ ਯਾਰਾ। ਅੱਡੇ ਮੁਲਕ ਨਹੀਂ ਹਾਲਤ, ਕਮਿਸ਼ਨਰ ਹੋਵੇ, ਡਿਪਟੀ ਕਮਿਸ਼ਨਰ ਹੋਵੇ, ਹੀ ਜਿਹੜੀ ਕੈਟਲ ਮੈਨੇਜਮੈਂਟ ਵਾਲੇ, ਮੈਂ ਆਖਣਾ ਗੈਰਤ ਆਮਣੀ ਕੀ ਨਹੀਂ ਨਾ। ਮਕਰੂਜ਼ ਮੁਲਕ ਅੱਜ ਚੌਥਾ ਮਹੀਨਾ ਜਿਹੜਾ ਮੰਡੀ ਉੱਤੇ ਲੱਗੀ ਪਈ, ਟੈਕਸ ਅਸੀਂ ਵੀ ਕੋਈ ਨਾ ਦੇਣੇ, ਉਹਨੂੰ ਵੀ ਕੋਈ ਨਹੀਂ। ਅੱਡੇ ਮੁਲਕ ਦੀ ਹਾਲਤ ਹੀ ਵੇ ਕਿ 2 ਕਰੋੜ ਰੁਪਏ, 3 ਕਰੋੜ ਰੁਪਏ ਲਾਸ ਹੋ ਗਿਆ ਯਾਰ। ਇਹ ਮੁਲਕ ਇਸ ਗੱਲ ਨਾਲ ਤਮਤਕਾਜ਼ੀ ਹੋ ਹੀ ਨਹੀਂ ਅਕਣਾ, ਜਿਹੜਾ ਅਸਾਂ ਕੰਮ ਕੀਤਾ ਨਾ, ਇਹ ਜ਼ਾਤੀ ਫੈਸਲੇ ਜਿਹੜੇ ਅੱਡੇ ਛੋਟੇ ਛੋਟੇ ਫੈਸਲੇ ਨੇ, ਇਹ ਅੱਡੇ ਮੁਲਕ ਹੋਰ ਪਿਛਕੜੇ ਨੇ ਪਹਿਲਾਂ। ਲਿਆਜ਼ਾ ਜਿਹੜਾ ਕੰਮ ਚੱਲਣਾ ਪਾ, ਤੁਸੀਂ ਡੋਈ ਕਿਵੇਂ ਹੱਥ ਕਿਨੇ ਹੋ, ਖੁਦਾ ਨਾ ਬੰਦੋ ਐਡੀ ਐਡੀ ਵੱਡੀਆਂ ਸੀਟਾਂ 'ਤੇ ਬੈਠੇ ਹੋ। ਲਿਆਜ਼ਾ ਤੁਸੀਂ ਸਾਰੇ ਲੋਕ ਮੰਡੀ ਵਾਲਾ ਨੁਕਮਨਾ ਕੈਂਸਲ ਹੋ ਗਈ, ਉਸ ਨਾਲ ਬਾਕਾਇਦਾ ਐਲਾਨ ਜੁਮੇ ਵਾਲੇ ਦਿਹਾੜੇ ਮੰਡੀ ਨੂੰ ਉੱਤੇ ਜਲਸਾ ਕਰਕੇ ਕੀਤਾ ਹੋਇਆ ਸੀ, ਜਾਂ ਕੋਈ ਦਿਹਾੜਾ ਅੱਗੇ ਪਿੱਛੇ ਵੀ ਹੋਇਆ, ਲੇਕਿਨ ਸਰਦਾਰ ਸਾਹਿਬ ਆ ਕੇ ਉਸਨੂੰ ਉੱਤੇ ਐਲਾਨ ਕਰੇ ਸਨ। ਲੇਕਿਨ ਜ਼ਿਹਨੇ 'ਚ ਰੱਖੋ, ਜੇ ਡਟ ਕਰੇ ਹੋ ਨਾ, ਹੁਣ ਖੜ ਕਰੇ ਹੋ ਤੁਸੀਂ, ਜੇ ਡਟ ਕਰਾਉਣਾ ਮੰਡੀ ਕੈਂਸਲ ਹੋਵੇ ਨਾ ਹੋਵੇ, ਜਾਂ ਕੋਈ ਹੋਰ ਕੰਮ ਹੋਵੇ ਜਿਸ 'ਚ ਇਲਾਕੇ ਨਾਲ ਮਫਾਦ ਹੋਵੇ, ਅਸੀਂ ਐਡੇ ਐਡੇ ਵੱਡੇ ਜਣੇ, ਹੱਥਕੜੀਆਂ ਕੋ ਵੀ ਕੋਈ ਨਾ ਡਰਨੇ, ਕਹਿ ਗੱਲਾਂ ਕੋ ਵੀ ਕੋਈ ਨਾ ਡਰਨੇ। ਗੱਲ ਸਮਝ ਆਈ ਨਹੀਂ ਮੇਰੀ ਗੱਲ, ਮੰਡੀ ਕੈਂਸਲ ਹੋ ਗਈ, ਅਸੀਂ ਭੈਣ ਦਿਹਾੜੇ ਤੋਂ ਐਕਸ਼ਨ ਕਮੇਟੀ ਮੰਡੀ ਲੱਗ ਨਹੀਂ ਰਹੀ, ਨਾ ਤਾਂ ਕੋਈ ਲੱਗੀ ਗਈ, ਤੁਹਾਡੇ ਤਾਂ ਵੀ ਲੱਗੀ, ਕੋਈ ਆ ਕੇ ਨਹੀਂ ਲੱਗੀ, ਇੱਕ ਦਿਹਾੜਾ ਵੀ ਅਜਿਹਾ ਆਇਆ ਮੰਡੀ ਨਹੀਂ ਲੱਗੀ। ਲਿਆਜ਼ਾ ਕੋਈ ਵੀ ਅਜਿਹਾ ਮਾਮਲਾ ਹੋਵੇ ਜਿਸ 'ਤੇ ਇਜਤਮਾਈ ਮਫਾਦ ਦੀ ਗੱਲ ਹੋਵੇ, ਉਸ 'ਤੇ ਸਾਰੇ ਇਕੱਠੇ ਹੋ ਕੇ ਕਰੋ। ਦੋਈ ਗੱਲ ਕਿ ਜਿਹੜਾ ਅਹਿਸਾਨ ਕਰੇ ਉਹ ਭਾਵੇਂ ਸਰਦਾਰ ਸਲੀਮ ਹੈਦਰ ਖਾਨ ਕਰੇ, ਭਾਵੇਂ ਮਲਿਕ ਸੁਹੇਲ ਕਰੇ, ਅਤੇ ਭਾਵੇਂ ਕੋਈ ਹੋਰ ਕਰੇ, ਅਹਿਸਾਨ ਅਹਿਸਾਨ ਸਮਝ ਕੇ ਆ ਕਿਰਨਾ ਭਾਈ ਯਾਰ, ਇਹੀ ਜਣਾ ਇਸ ਕੰਮ ਕੀਤਾ, ਇਹ ਵੀ ਆਖਣਾ ਤੁਹਾਡਾ ਕੰਮ। ਮੈਂ ਇੱਕ ਵਾਰੀ ਗਵਰਨਰ ਪੰਜਾਬ ਸਾਹਿਬ ਨਾਲ ਮਸ਼ਹੂਰ ਵੀ ਆਇਆ ਵਾ, ਅਤੇ ਮੈਂ ਉਹਨਾਂ ਅੱਗੇ ਰਿਕੁਐਸਟ ਬਾਤ ਵੀ ਕਰ ਸਕਾਂ ਕਿ ਜਿਹੜਾ ਇਹ ਕੰਮ ਰਹਿ ਗਿਆ, ਇਸ ਨੂੰ ਤਾਂ ਬੜੀ ਖਿੱਚਾ ਤਾਂ ਨਹੀਂ ਹੋ ਸੀ, ਇਹ ਗੱਲ ਦੇ ਵਿੱਚ ਰੱਖਿਓ, ਬੜੀ ਖਿੱਚਾ ਤਾਂ ਨਹੀਂ ਹੋ ਸੀ। ਲਿਹਾਜ਼ਾ ਮੈਂ ਉਹਨਾਂ ਅੱਗੇ ਬਾਤ ਵੀ ਗੁਜ਼ਾਰਿਸ਼ ਕਰ ਸਕਾਂ, ਜਿਹੜਾ ਕੰਮ ਰਹਿ ਗਿਆ ਇਸ ਦੁਬਾਰਾ ਐਂਡ ਲਾਇਆ ਵਾ, ਜੇ ਐਂਡ ਲਾ ਕੇ ਅਤੇ ਵੱਧ ਪਿੜੇ ਜਾਣਗੇ, ਤੁਸੀਂ ਵੀ ਐਲਾਨ ਕਰੋ ਵਕਤ ਨੇ ਕਿੰਨੇ ਖੁੰਡੇ ਵਾਲੇ ਮੰਡੀ ਲੈਣੇ।